ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿਸ ਨੇ ਕਿ ਸਾਈਡ ਦੇ ਉੱਤੇ ਖੜੀ ਇੱਕ ਲੜਕੀ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਲੜਕੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਤੇ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਸੜਕ ਦੇ ਉੱਤੇ ਆਮ ਦਿਨਾਂ ਦੇ ਵਿੱਚ ਟ੍ਰੈਫਿਕ ਚੱਲ ਰਹੀ ਹੈ, ਬਿਲਕੁਲ ਉਸੇ ਤਰੀਕੇ ਦੇ ਨਾਲ ਗੱਡੀਆਂ ਆ ਜਾ ਰਹੀਆਂ ਨੇ, ਪਰ ਅਚਾਨਕ ਹੀ ਸਾਈਡ ਦੇ ਵਿੱਚ ਖੜੀ ਇੱਕ ਤੁਹਾਨੂੰ ਲੜਕੀ ਦਿਖਾਈ ਦੇ ਰਹੀ ਹੋਵੇਗੀ, ਪਰ ਸ਼ਾਇਦ ਇਸ ਲੜਕੀ ਨੂੰ ਵੀ ਇਹ ਨਹੀਂ ਪਤਾ ਕਿ ਆਖਰ ਇਸ ਦੇ ਨਾਲ ਕੁਝ ਹੀ ਸੈਕਿੰਡਾਂ ਦੇ ਬਾਅਦ ਕੀ ਕੁਝ ਹੋ ਜਾਣਾ ਹੈ। ਤਾਂ ਦੱਸ ਦਈਏ ਕਿ ਜਿਵੇਂ ਹੀ ਇਹ ਲੜਕੀ ਸਾਈਡ ਦੇ ਵਿੱਚ ਖੜੀ ਹੁੰਦੀ ਹੈ ਤਾਂ ਇੱਕ ਸੜਕ ਤੋਂ ਸੰਤੁਲਨ ਖੋ ਬੈਠੀ ਕਾਰ ਅਚਾਨਕ ਹੀ ਲੜਕੀ ਦੇ ਵੱਲ ਨੂੰ ਆ ਜਾਂਦੀ ਹੈ ਅਤੇ ਲੜਕੀ ਨੂੰ ਜ਼ੋਰਦਾਰ ਟੱਕਰ ਮਾਰਦੀ ਹੈ, ਜਿਸ ਤੋਂ ਬਾਅਦ ਸਾਈਡ ਦੇ ਵਿੱਚ ਜੋ ਖੋਖੇ ਹੁੰਦੇ ਨੇ ਦੁਕਾਨਾਂ ਦੇ ਉਸਦੇ ਵਿੱਚ ਵੱਜਦੀ ਹੈ ਕਾਰ ਅਤੇ ਉੱਥੇ ਜਾ ਕੇ ਰੁਕ ਜਾਂਦੀ ਹੈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਲੜਕੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਹੈ, ਪਰ ਬੇਹੱਦ ਰੋਂਗਟੇ ਖੜੇ ਕਰ ਦੇਣ ਵਾਲੀ ਇਹ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ, ਜਿਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ। ਹਾਲਾਂਕਿ ਇਸ ਹਾਦਸੇ ਤੋਂ ਬਾਅਦ ਜੋ ਡਰਾਈਵਰ ਹੈ ਕਾਰ ਦਾ ਉਹ ਮੌਕੇ ਤੋਂ ਫਰਾਰ ਹੋ ਗਿਆ, ਪਰ ਕਿਤੇ ਨਾ ਕਿਤੇ ਇੱਕ ਵਾਰ ਫਿਰ ਤੋਂ ਹਿੱਟ ਐਂਡ ਰਨ ਵਰਗਾ ਮਾਮਲਾ ਜ਼ਰੂਰ ਸਾਹਮਣੇ ਆਇਆ। ਤਾਂ ਦੱਸ ਦਈਏ ਕਿ ਕਾਰ ਮੌਕੇ ਦੇ ਉੱਤੇ ਛੱਡ ਕੇ ਫਰਾਰ ਹੋਇਆ, ਉੱਥੇ ਹੀ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਪੁਣੇ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਕਿ ਇੱਕ ਲੜਕੀ ਜਦੋਂ ਆਪਣੇ ਆਫਿਸ ਦੇ ਵਿੱਚ ਜਾਣ ਦੇ ਲਈ ਸਾਈਡ ਦੇ ਵਿੱਚ ਖੜੀ ਹੁੰਦੀ ਹੈ, ਸ਼ਾਇਦ ਤੜਕੇ ਤੜਕੇ ਸਵੇਰੇ ਇਸ ਨੂੰ ਵੀ ਨਹੀਂ ਪਤਾ ਕਿ ਆਖਰ ਇਸ ਦੇ ਨਾਲ ਕੀ ਕੁਝ ਹੋ ਜਾਣਾ, ਕਿਉਂਕਿ ਬੜੇ ਚਾਵਾਂ ਦੇ ਨਾਲ ਹਰ ਕੋਈ ਆਪਣੇ ਦਫ਼ਤਰ ਜਾਣ ਦੇ ਲਈ ਨਿਕਲਦਾ, ਵਧੀਆ ਤਿਆਰ ਹੁੰਦਾ। ਤਾਂ ਠੀਕ ਬਿਲਕੁਲ ਉਸੇ ਤਰੀਕੇ ਦੇ ਨਾਲ ਇਹ ਲੜਕੀ ਵੀ ਖੜੀ ਸੀ, ਪਰ ਅਚਾਨਕ ਹੀ ਇੱਕ ਬੇਕਾਬੂ ਕਾਰ ਆਉਂਦੀ ਹੈ ਅਤੇ ਲੜਕੀ ਨੂੰ ਜ਼ੋਰਦਾਰ ਟੱਕਰ ਮਾਰ ਦਿੰਦੀ ਹੈ, ਜਿਸ ਦੇ ਵਿੱਚ ਹੁਣ ਇਹ ਲੜਕੀ ਕਾਫ਼ੀ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਅਤੇ ਇਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿਸ ਨੇ ਕਿ ਸਾਈਡ ਦੇ ਉੱਤੇ ਖੜੀ ਇੱਕ ਲੜਕੀ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਲੜਕੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਅਤੇ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਸੜਕ ਦੇ ਉੱਤੇ ਆਮ ਦਿਨਾਂ ਦੇ ਵਿੱਚ ਟ੍ਰੈਫਿਕ ਚੱਲ ਰਹੀ ਹੈ, ਬਿਲਕੁਲ ਉਸੇ ਤਰੀਕੇ ਦੇ ਨਾਲ ਗੱਡੀਆਂ ਆ ਜਾ ਰਹੀਆਂ ਨੇ, ਪਰ ਅਚਾਨਕ ਹੀ ਸਾਈਡ ਦੇ ਵਿੱਚ ਖੜੀ ਇੱਕ ਤੁਹਾਨੂੰ ਲੜਕੀ ਦਿਖਾਈ ਦੇ ਰਹੀ ਹੋਵੇਗੀ, ਪਰ ਸ਼ਾਇਦ ਇਸ ਲੜਕੀ ਨੂੰ ਵੀ ਇਹ ਨਹੀਂ ਪਤਾ ਕਿ ਆਖਰ ਇਸ ਦੇ ਨਾਲ ਕੁਝ ਹੀ ਸੈਕਿੰਡਾਂ ਦੇ ਬਾਅਦ ਕੀ ਕੁਝ ਹੋ ਜਾਣਾ ਹੈ। ਤਾਂ ਦੱਸ ਦਈਏ ਕਿ ਜਿਵੇਂ ਹੀ ਇਹ ਲੜਕੀ ਸਾਈਡ ਦੇ ਵਿੱਚ ਖੜੀ ਹੁੰਦੀ ਹੈ ਤਾਂ ਇੱਕ ਸੜਕ ਤੋਂ ਸੰਤੁਲਨ ਖੋ ਬੈਠੀ ਕਾਰ ਅਚਾਨਕ ਹੀ ਲੜਕੀ ਦੇ ਵੱਲ ਨੂੰ ਆ ਜਾਂਦੀ ਹੈ ਅਤੇ ਲੜਕੀ ਨੂੰ ਜ਼ੋਰਦਾਰ ਟੱਕਰ ਮਾਰਦੀ ਹੈ, ਜਿਸ ਤੋਂ ਬਾਅਦ ਸਾਈਡ ਦੇ ਵਿੱਚ ਜੋ ਖੋਖੇ ਹੁੰਦੇ ਨੇ ਦੁਕਾਨਾਂ ਦੇ ਉਸਦੇ ਵਿੱਚ ਵੱਜਦੀ ਹੈ ਕਾਰ ਅਤੇ ਉੱਥੇ ਜਾ ਕੇ ਰੁਕ ਜਾਂਦੀ ਹੈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਲੜਕੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਹੈ, ਪਰ ਬੇਹੱਦ ਰੋਂਗਟੇ ਖੜੇ ਕਰ ਦੇਣ ਵਾਲੀ ਇਹ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ, ਜਿਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ। ਹਾਲਾਂਕਿ ਇਸ ਹਾਦਸੇ ਤੋਂ ਬਾਅਦ ਜੋ ਡਰਾਈਵਰ ਹੈ ਕਾਰ ਦਾ ਉਹ ਮੌਕੇ ਤੋਂ ਫਰਾਰ ਹੋ ਗਿਆ, ਪਰ ਕਿਤੇ ਨਾ ਕਿਤੇ ਇੱਕ ਵਾਰ ਫਿਰ ਤੋਂ ਹਿੱਟ ਐਂਡ ਰਨ ਵਰਗਾ ਮਾਮਲਾ ਜ਼ਰੂਰ ਸਾਹਮਣੇ ਆਇਆ। ਤਾਂ ਦੱਸ ਦਈਏ ਕਿ ਕਾਰ ਮੌਕੇ ਦੇ ਉੱਤੇ ਛੱਡ ਕੇ ਫਰਾਰ ਹੋਇਆ, ਉੱਥੇ ਹੀ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਪੁਣੇ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਕਿ ਇੱਕ ਲੜਕੀ ਜਦੋਂ ਆਪਣੇ
ਆਫਿਸ ਦੇ ਵਿੱਚ ਜਾਣ ਦੇ ਲਈ ਸਾਈਡ ਦੇ ਵਿੱਚ ਖੜ੍ਹੀ ਹੁੰਦੀ ਹੈ। ਸ਼ਾਇਦ ਤੜਕੇ ਤੜਕੇ ਸਵੇਰੇ ਇਸ ਨੂੰ ਵੀ ਨਹੀਂ ਪਤਾ ਕਿ ਆਖਰ ਇਸ ਦੇ ਨਾਲ ਕੀ ਕੁਝ ਹੋ ਜਾਣਾ, ਕਿਉਂਕਿ ਬੜੇ ਚਾਵਾਂ ਦੇ ਨਾਲ ਹਰ ਕੋਈ ਆਪਣੇ ਦਫ਼ਤਰ ਜਾਣ ਦੇ ਲਈ ਨਿਕਲਦਾ ਹੈ, ਵਧੀਆ ਤਿਆਰ ਹੁੰਦਾ। ਤਾਂ ਠੀਕ ਬਿਲਕੁਲ ਉਸੇ ਤਰੀਕੇ ਦੇ ਨਾਲ ਇਹ ਲੜਕੀ ਵੀ ਖੜ੍ਹੀ ਸੀ, ਪਰ ਅਚਾਨਕ ਹੀ ਇੱਕ ਬੇਕਾਬੂ ਕਾਰ ਆਉਂਦੀ ਹੈ ਅਤੇ ਲੜਕੀ ਨੂੰ ਜ਼ੋਰਦਾਰ ਟੱਕਰ ਮਾਰ ਦਿੰਦੀ ਹੈ, ਜਿਸ ਦੇ ਵਿੱਚ ਹੁਣ ਇਹ ਲੜਕੀ ਕਾਫੀ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਅਤੇ ਇਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।